ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੀ ਹੋਸ ਨੀਲਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਅੱਜ 9 ਜਨਵਰੀ 2014 24 ਪੋ ਨਾਨਕਚਾਈ ਸਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸ਼ੇਅਰ ਕਰਨਾ ਚਾਹੁੰਦੇ ਹੋ ਹਾਂਜੀ ਮੈਂ ਸਮਝਦਾ ਹਾਂ ਵੀ ਇੱਕ ਡਿਵੈਲਪਮੈਂਟ ਜਿਹਦਾ ਅਸੀਂ ਜ਼ਿਕਰ ਪਿਛਲੇ 12 ਦਸੰਬਰ ਤੋਂ ਹੀ ਲੈ ਕੇ ਕਰ ਰਹੇ ਹਾਂ ਜੀ ਜਦੋਂ ਕਿ ਹਿੰਦੁਸਤਾਨ ਦੀ ਜਿਹੜੀ ਸੈਕੰਡ ਸੀਰੀਅਸ ਸੈਕੰਡ ਸੀਨੀਅਰ ਡਿਪਲੋਮੈਟ ਜੀ ਨਿਊਯਾਰਕ ਕੌਂਸੂਲੇਟ ਦੇ ਵਿੱਚ ਬੇਵਿਆਨੀ ਜੀ ਜੀ ਉਸ ਦੇ ਖਿਲਾਫ ਕੇਸ ਸਾਹਮਣੇ ਆਇਆ ਹੈ ਵੀਜ਼ਾ ਫਰਾਡ ਦਾ ਜੀ ਜਿਹੜਾ ਮਿਨਿਮਮ ਵੇਜ ਨਿਊਯਾਰਕ ਸਟੇਟ ਚ ਹੈ ਉਹ ਲਗਭਗ 9.5 ਡਾਲਰ ਦੇ ਕਰੀਬ ਹੈ ਵਰਕਰਸ ਲਈ ਜੀ ਸੋ 3.5 ਡਾਲਰ ਜਿਹਨੂੰ ਸੰਗੀਤਾ ਰਿਚਰਡਸਰ ਨੂੰ ਉਹ ਦੰਦੀ ਰਹੀ ਲੇਕਿਨ ਜਦੋਂ ਉਹਦੇ ਲਈ ਵੀਜ਼ਾ ਅਪਲਾਈ ਕੀਤਾ ਤੇ ਉਸ ਮੀਨਿਮਮ ਵੇਜ ਦੇ ਥੱਲੇ 10.5 ਡਾਲਰ ਉਹ ਦੱਸਿਆ ਗਿਆ ਸੀ ਜੀ ਉਹਨੂੰ ਝੂਠ ਬੋਲਣ ਤੇ ਮਜਬੂਰ ਕੀਤਾ ਗਿਆ ਫਿਰ ਜਦੋਂ ਉਸ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਫਿਰ ਉਸ ਦੇ ਖਿਲਾਫ ਉਸ ਦੇ ਪਰਿਵਾਰ ਨੂੰ ਹਰਾਸ ਕਰਨ ਦੇ ਲਈ ਕੇਸ ਉੱਥੇ ਦਿੱਲੀ ਦੇ ਵਿੱਚ ਰਜਿਸਟਰ ਕਰ ਲਿਆ ਗਿਆ ਜੀ ਤੇ ਕਿਉਂਕਿ ਅਮਰੀਕਾ ਦੇ ਵਿੱਚ ਇਹ ਜਿਹੜੀ ਖਾਸ ਤੌਰ ਤੇ ਇਸ ਕਿਸਮ ਦੀ ਲੇਬਰ ਦੇ ਨਾਲ ਧੱਕਾ ਹੁੰਦਾ ਹੈ ਜਾਂ ਡੋਮੈਸਟਿਕ ਵਾਇਲੈਂਸ ਹੁੰਦੀ ਹੈ ਜੀ ਇਹਨਾਂ ਨੂੰ ਬੜੇ ਗੰਭੀਰਤਾ ਦੇ ਨਾਲ ਲਿਆ ਜਾਂਦਾ ਹੈ ਇਹਨਾਂ ਮੁੱਦਿਆਂ ਨੂੰ ਸੋ ਆਲਰੇਡੀ ਕਿਉਂਕਿ ਲਾ ਐਨਫੋਰਸਮੈਂਟ ਏਜੰਸੀਜ਼ ਇਨਵੋਲ ਹੋ ਗਈਆਂ ਸੀ ਜੀ ਸੋ ਉਹਨਾਂ ਨੇ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਥੱਲੇ ਸੰਗੀਤਾ ਰਜਟਸਨ ਦੇ ਪਰਿਵਾਰ ਨੂੰ ਵੀ ਇੱਥੇ ਲੈ ਆਂਦਾ ਜੀ ਤੇ ਜਦੋਂ ਫੇਰ ਦੇਵਯਾਨੀ ਦੇ ਖਿਲਾਫ ਕੇਸ ਇਥੋਂ ਦੇ ਪ੍ਰੀਤ ਪਰ ਆ ਰਹਾ ਜਿਹੜਾ ਨਿਊਯਾਰਕ ਦਾ ਮੀਨਟਰਿੰਗ ਜਨਰਲ ਨੇ ਜੀ ਉਸ ਨੇ ਫਾਈਲ ਕੀਤਾ ਸੁਝਾਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਖਿਲਾਫ ਚਾਰਜ ਲਾਏ ਗਏ ਜੀ ਔਰ ਉਸ ਦੀ ਜਿਹੜੀ ਹੁਣ ਫਰਦਰ ਜਿਹਨੂੰ ਇਨਡਾਈਕਮੈਂਟ ਕਹਿੰਦੇ ਨੇ ਉਸ ਦੇ ਥੱਲੇ ਜਿਹੜੀ ਟ੍ਰਾਇਲ ਬਾਰੇ ਗ੍ਰੈਂਡ ਜਿਊਰੀ ਔਰ ਟ੍ਰਾਇਲ ਦੀ ਗੱਲ ਜਿਹੜੀ ਹੈ ਉਹ 13 ਜਨਵਰੀ ਤੋਂ ਸ਼ੁਰੂ ਹੋਣੀ ਸੀ ਜੀ اور ਉਸ ਇਸ ਪੀਰੀਅਡ ਦੇ ਦੌਰਾਨ ਜਦੋਂ ਤੋਂ 12 ਦਸੰਬਰ ਤੋਂ ਇਹ ਆਪਸੀ ਜਿਹੜਾ ਡਿਪਲੋਮੈਟਿਕ ਕ੍ਰਾਈਸਿਸ ਇੰਡੀਆ اور امریکہ ਦੇ ਵਿੱਚ ਆਇਆ ਜੀ ਆਂ ਇੰਡੀਆ ਨੇ بڑے ਡਿਫੈਂਸਿਵ ਨਹੀਂ ਸਗ ਅਗਰੈਸਿਵ ਮੋਡ ਦੇ ਵਿੱਚ ਅਮਰੀਕਾ ਦੇ ਜਿਨੇ ਕੌਂਸੂਲੇਟ ਨੇ ਭਾਰਤ ਦੇ ਵਿੱਚ ਉਹਨਾਂ ਦੇ ਬਾਹਰ ਜਿਹੜੀ ਸਿਕਿਉਰਟੀ ਸੀ ਉਹ ਘਟਾ ਦਿੱਤੀ ਜੀ ਦਿੱਲੀ ਐਂਬੈਸੀ ਦੇ ਬਾਹਰ ਜਿਹੜੇ ਸੀ ਬੈਰੀਕੇਡ ਉਹ ਚੁੱਕ ਦਿੱਤੇ ਉਹਨਾਂ ਨੂੰ ਜਿਹੜੇ ਆਈਡੀ ਕਾਰਡ ਦਿੱਤੇ ਹੋਏ ਸੀ ਜਾਂ एयरपोर्ट ਤੇ ਜਾਣ ਦੇ ਜਿਹੜੇ ਸ਼ਨਾਖਤੀ ਕਾਰਡ ਸੀ ਉਹ ਵਾਪਸ ਲੈ ਲਏ ਜੀ ਉਹਨਾਂ ਦੇ ਜਿਹੜੇ ਸਕੂਲ ਅਮਰੀਕਾ ਦੇ ਰਨ ਹੁੰਦੇ ਨੇ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਜਿਹੜੇ ਤੁਸੀਂ ਦੇਸੀ ਟੀਚਰ ਰੱਖੇ ਨੇ ਉਹਨਾਂ ਦੀ ਸਾਰੀਆਂ ਤਨਖਾਹਾਂ ਔਰ ਟੈਕਸ ਦੀ ਡੀਟੇਲ ਦਿਓ ਜੀ ਤੇ ਦੋ ਦਿਨ ਪਹਿਲਾਂ ਹੀ ਇਹਨਾਂ ਨੇ ਇੱਕ ਹੋਰ ਐਕਸ਼ਨ ਕਰਦਿਆ ਉਹਨਾਂ ਨੇ ਕਿਹਾ ਜੀ ਕਿ ਐਮਬੈਸੀਜ਼ ਆ ਕੌਂਸੂਲੇਟਸ ਦੇ ਕੰਪਲੈਕਸ ਦੇ ਵਿੱਚ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਕੋਈ ਫਿਲਮ ਜਿਹੜੀ ਇੰਡੀਅਨ ਐ ਜਿਹਦਾ ਟ੍ਰੇਡਮਾਰਕ ਇੰਡੀਅਨ ਐ ਉਹ ਬਿਨਾਂ ਇਜਾਜ਼ਤ ਤੋਂ ਆ ਜਿਹੜੀ ਹੈ ਉਹ ਉਸ ਨੂੰ ਡਿਸਪਲੇ ਨਹੀਂ ਕੀਤਾ ਜਾ ਸਕਦਾ ਜੀ ਸੋ ਇਸ ਕਿਸਮ ਦਾ ਜਿਹੜਾ ਕਾਫੀ ਉਹਨਾਂ ਨੇ ਵਾਵੇਲਾ ਕੀਤਾ ਜਦੋਂ ਉਹਨਾਂ ਦਾ ਡੈਲੀਗੇਸ਼ਨ ਦਿੱਲੀ ਚ ਸੀ ਜੀ ਉਹਨਾਂ ਦੇ ਨਾਲ ਮੀਟਿੰਗਜ਼ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੇ ਆਫੀਸ਼ੀਅਲ ਕੈਨਸਲ ਹੋਈਆਂ ਜੀ ਜੀ ਸੋ ਅਮਰੀਕਾ ਨੇ ਵੀ ਕਿਉਂਕਿ ਜਿਵੇਂ ਅਮਰੀਕਾ ਦਾ એનર્ਜੀ ਸੈਕਟਰੀ ਅੱਜ ਉਸ ਨੇ ਦਿੱਲੀ ਦੇ ਵਿੱਚ ਹੋਣਾ ਸੀ ਜੀ ਔਰ ਜਿਹੜੀ ਸ਼ੈਲ ਗੈਸ ਹੈ ਇਹ ਦੇਣ ਬਾਰੇ ਉਹਨਾਂ ਦਾ ਕੋਈ ਆਪਸੀ ਸਮਝੌਤਾ ਵੀ ਹੋਣਾ ਸੀ ਸੋ ਅਮਰੀਕਾ ਨੇ ਵੀ ਜਵਾਬੀ ਕਾਰਵਾਈ ਜਿਹੜੀ ਆ ਉਹਨਾਂ ਨੇ ਕਰਦਿਆਂ ਆਪਣੇ એનર્ਜੀ ਸੈਕਟਰੀ ਦੀ ਮੀਟਿੰਗ ਕੈਨਸਲ ਕੀਤੀ ਜੀ ਔਰ ਜਿਹੜੀ ਉਹਨਾਂ ਦੀ ਮੰਗ ਸੀ ਇੰਡੀਆ ਦੀ ਕਿ ਜੀ ਕੇਸ ਵਾਪਸ ਕਰੋ ਔਰ ਮਾਫੀ ਮੰਗੋ ਉਹ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਨੇ ਪਹਿਲਾਂ ਹੀ ਕੈਨਸਲ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਕੋਈ ਅਸੀਂ ਮਾਫੀ ਨਹੀਂ ਮੰਗਾਂਗੇ ਇਹਦੇ ਵਿੱਚ ਕੋਈ ਮਾਫੀ ਵਾਲੀ ਗੱਲ ਨਹੀਂ ਹੈ ਜੀ ਔਰ ਕੇਸ ਜਿਹੜਾ ਉਸ ਵਿੱਚ ਜਿਹੜਾ ਕਾਨੂੰਨ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਲਾ ਬਿਲ ਟੇਕਸ ਇਟਸ ਕੋਰਸ ਜੀ ਇਹ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਸੋ ਅਸੀਂ ਸਮਝਦੇ ਆਂ ਵੀ ਇਹ ਜਿਹੜਾ ਹੁਣ 13 ਜਨਵਰੀ ਦੀ ਹੀਅਰਿੰਗ 9 ਤੋਂ 12 ਸੀ ਇਸ ਨੂੰ ਮੱਦੇ ਨਜ਼ਰ ਰੱਖਦੇ ਸਿਕਸ ਫਾਰ ਜਸਟਿਸ ਨੇ ਬਾਕੀ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਟ੍ਰਾਈ ਸਟਰੀਟ ਦੀਆਂ ਉਹਨਾਂ ਦੇ ਸਹਿਯੋਗ ਨਾਲ ਜੀ ਬੜਾ ਵੱਡਾ ਪ੍ਰੋਟੈਸਟ ਵੀ ਰੱਖਿਆ ਹੋਇਆ ਸੀ ਔਰ ਉਹਦੇ ਵਿੱਚ ਮੈਂ ਵੀ ਸ਼ਮੂਲੀਅਤ ਦੇ ਲਈ ਨਹੀਂ ਸਭ ਨੂੰ ਆਰਗੇਨਾਈਜ਼ ਸੰਗਠਨ ਨਾਲ ਕਰਨ ਦੇ ਵਿੱਚ ਆਪਣਾ योगदान पा रहे ਸੀ ਇਸੇ ਤਰ੍ਹਾਂ ਬਾਕੀ ਸਾਰੀਆਂ ਗੁਰਦੁਆਰਾ ਕਮੇਟੀਆਂ ਸੰਸਥਾਵਾਂ ਵੀ ਸੀ ਜੀ ਤੇ ਅੱਜ ਜਦੋਂ ਕਿ ਅਸੀਂ ਇਹ ਸ਼ੋਅ ਕਰ ਰਹੇ ਆ ਜਿਹੜੀਆਂ ਬ੍ਰੇਕਿੰਗ ਨਿਊਜ਼ ਨੇ ਜਿਹੜੀ ਕਿ ਸੀਐਨਐਨ ਬੀਬੀਸੀ ਔਰ ਦੂਸਰੇ ਸੋਰਸਸ ਦੇ ਨਾਲ ਆਈਆਂ ਜੀ ਉਹਨਾਂ ਦੇ ਵਿੱਚ ਥੋੜਾ ਬਹੁਤ ਕਨਫਿਊਜ਼ਨ ਹੈ ਕਿਉਂਕਿ ਪਹਿਲੀ ਖਬਰ ਬੀਬੀਸੀ ਦੀ ਵੀ ਸੀ ਔਰ ਇਹ ਪ੍ਰੀਤ ਜਿਹੜਾ ਕਿ ਵਕੀਲ ਹੈ ਉਹਦੇ ਹਵਾਲੇ ਦੇ ਨਾਲ ਹੀ ਸੀ ਕਿ ਆਲਰੇਡੀ ਦੇਵਯਾਨੀ ਜਿਹੜੀ ਆ ਉਹ ਭਾਰਤ ਚਲੀ ਗਈ ਹੈ ਵਾਪਸ ਜੀ ਔਰ ਉਸ ਨੂੰ ਕਿਉਂਕਿ ਮੀਡੀਆ ਨੇ ਕਿਹਾ ਕਿ ਉਸ ਨੂੰ ਅਮਰੀਕਾ ਨੇ ਇਮਿਊਨਿਟੀ ਗ੍ਰਾਂਟ ਕਰ ਦਿੱਤੀ ਹੈ ਜਾਣ ਦੇ ਲਈ ਕਿਉਂਕਿ ਇਹਦੇ ਚ ਇੱਕ ਸਟੈਪ ਇਹ ਵੀ ਆਇਆ ਹੈ ਕਿ ਜਦੋਂ ਉਸ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਤੇ ਇੰਡੀਆ ਨੇ ਉਸ ਨੂੰ ਨੰਬਰ 2 ਪੋਜੀਸ਼ਨ ਤੋਂ ਹਟਾ ਕੇ ਨਿਊਯਾਰਕ ਕਾਉਂਸਲਰ ਦੀ ਜਿਹੜਾ ਇੰਡੀਆ ਦਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਪੱਕਾ ਮਿਸ਼ਨ ਹੈ ਉਦੇ ਵਿੱਚ ਉਹਨਾਂ ਨੇ ਉਹਨੂੰ ਬਦਲ ਦਿੱਤਾ ਔਰ ਉਹਦੀ ਇਮਿਊਨਿਟੀ ਜਿਹੜੀ ਹੈ ਉਹ ਕਿਉਂਕਿ ਯੂਐਨ ਨੇ ਦੇਣੀ ਹੁੰਦੀ ਹੈ ਉਹਦੇ ਥੱਲੇ ਉਹਨੂੰ ਪੂਰੀ ਇਮਿਊਨਿਟੀ ਦੇ ਦਿੱਤੀ ਸੋ ਜ਼ਾਹਰ ਹੈ ਵੀ ਜਦੋਂ ਤੱਕ ਉਹਦੇ ਕੋਲ ਯੂਨਾਈਟਿਡ ਨੇਸ਼ਨਸ ਦੀ ਇਹ ਇਮਿਊਨਿਟੀ ਸੀ ਜਾਂ ਹੈ ਉਸ ਨੂੰ ਅਮਰੀਕਨ ਕਾਨੂੰਨ ਅਧਿਕਾਰੀ ਗ੍ਰਿਫਤਾਰ ਨਹੀਂ ਸੀ ਕਰ ਸਕਦੇ ਸੋ ਅਸੀਂ ਸਮਝਦੇ ਆਂ ਵੀ ਇਸ ਸਾਰੇ ਚੋਂ ਜਿਹੜੀ ਮਿਡਲ ਲਾਈਨ ਦੋਨਾਂ ਦੇਸ਼ਾਂ ਨੇ ਲੱਭੀ ਲੱਗਦੀ ਹੈ ਆਪਸ ਦੇ ਵਿੱਚ ਕਿਉਂਕਿ ਸਬੰਧ ਕਾਫੀ ਵਿਗਾੜਵਲ ਜਾ ਰਹੇ ਸਨ ਉਹਦੇ ਚ ਇਹੀ ਹੈ ਕਿ ਉਸ ਨੂੰ UN ਦੀ ਇਮਿਊਨਿਟੀ ਦੇ ਥੱਲੇ ਵਾਪਸ ਜਾ ਲੈਣ ਦਿੱਤਾ ਗਿਆ ਅਮਰੀਕਾ ਨੇ ਵੀ ਕਿਹਾ ਵੀ ਅਸੀਂ 에ਰਪੋਰਟ ਤੇ ਗ੍ਰਫਤਾਰ ਨਹੀਂ ਕਰਦੇ ਜੀ ਪਰ ਦੂਸਰੇ ਪਾਸੇ ਜਿਹੜੀ ਖਬਰ ਹੈ ਵੀ ਗ੍ਰੈਂਡ ਜਿਊਰੀ ਨੇ ਗੱਲ ਸਪਸ਼ਟ ਕੀਤੀ ਹੈ ਕਿ ਉਸ ਦੇ ਖਿਲਾਫ ਟਰਾਇਲ ਚੱਲੇਗਾ ਸੋ ਇਹਦੇ ਕਾਂਸਿਕਵੈਂਸਸ ਇਹ ਨੇ ਕਿ ਜਾ ਰਿਹਾ ਹੈ ਕਿ ਬਿਸ਼ੱਕ ਇਹ ਹੋ ਸਕਦਾ ਹੈ ਕਿ ਟਰਾਇਲ ਨੂੰ ਸਸਪੈਂਡ ਕਰ ਦੇਣ ਇਹ ਵੀ ਹੋ ਸਕਦਾ ਹੈ ਕਿ ਟਰਾਇਲ ਉਹਦੀ ਗੈਰ ਹਾਜ਼ਰੀ ਦੇ ਵਿੱਚ ਚੱਲੇ ਔਰ ਉਹਦਾ ਫੈਸਲਾ ਸੁਣਾ ਦਿੱਤਾ ਜਾਏ ਪਰ ਕਿਉਂਕਿ ਉਹ ਅਮਰੀਕਾ ਦੇ ਵਿੱਚ ਨਹੀਂ ਹੈ ਉਹ ਫੈਸਲਾ ਲਾਗੂ ਨਹੀਂ ਹੋ ਸਕਦਾ ਜੇ ট্রਾਇਲ सस्पेंशन ਚ ਚਲਾ ਜਾਂਦਾ ਹੈ ਹੀアリング ਨਹੀਂ ਹੁੰਦੀ ਫਿਰ ਵੀ ਜਦੋਂ ਵੀ ਦੇਵਿਆਨੀ ਵਾਪਸ ਅਮਰੀਕਾ ਕਦੇ ਆਏਗੀ ਡਿਪਲੋਮੈਟ ਦੇ ਤੌਰ ਤੇ ਨਹੀਂ ਉਹ ਤਾਂ ਅਮਰੀਕਾ ਨੇ ਉਹਦੇ ਹੁਣ ਕ੍ਰੀਡੈਂਸ਼ਲ ਵੀ ਨਹੀਂ ਮਨਜ਼ੂਰ ਕਰਨੇ ਜੀ ਪਰ ਜੇ ਉਹ ਕਦੇ ਵੀ ਵੈਸੇ ਆਏਗੀ ਕਿਸੇ ਪ੍ਰਾਈਵੇਟ ਵਿਜ਼ਿਟ ਤੇ ਤਾਂ ਉਹਨੂੰ ਗ੍ਰਫਤਾਰ ਕੀਤਾ ਜਾਏਗਾ ਔਰ ਉਸਦੇ ਖਿਲਾਫ ਇੱਕ ਆਮ ਕ੍ਰਿਮੀਨਲ ਦੀ ਤਰ੍ਹਾਂ ਕਿਉਂਕਿ ਜਦੋਂ ਇਮਿਊਨਿਟੀ ਆ ਜਾਂਦੀ ਹੈ ਫਿਰ ਉਹਦੇ ਤੇ ਤੁਹਾਡਾ ਇਹ ਜਿਹੜਾ ਲਾਅ ਹੈ ਉਹ ਲਾਗੂ ਨਹੀਂ ਹੁੰਦਾ ਸੋ ਪਹਿਲਾਂ ਵੀ ਜਿਹੜਾ ਟਿਪ ਆਫ ਸੀ ਇੰਡੀਆ ਦਾ ਸਟੈਂਡ ਇਹ ਸੀ ਕਿ ਜੇ ਉਹਨੂੰ ਡਿਪਲੋਮੈਟਿਕ ਇਮਿਊਨਿਟੀ ਹਾਸਲ ਹੈ ਜੀ ਲੇਕਨ ਅਮਰੀਕਾ ਦਾ ਇਹ ਕਹਿਣਾ ਸੀ ਵੀ ਉਹਨੇ ਝੂਠ ਬੋਲ ਕੇ ਅਮਰੀਕਾ ਦਾ ਲਾਅ ਵਾਇਓਲੇਟ ਕੀਤਾ ਹੈ ਵੀਜ਼ਾ ਫਰਾਡ ਕੀਤਾ ਹੈ ਔਰ ਉਹਨੂੰ ਇਸ ਦੀ ਇਮਿਊਨਿਟੀ ਨਹੀਂ ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਬਿਸ਼ੱਕ ਜਿਵੇਂ ਮਾਜੇ ਦੇ ਵਿੱਚ ਖਾਨ ਹੈ ਕਿ ਵੀ ਮਾਰੇ ਨਾਲੋਂ ਭਜਾਇਆ ਚੰਗਾ ਜੀ ਵੀ ਸੰਭਵ ਹੈ ਅਮਰੀਕਾ ਨੇ ਇਸ ਐਂਗਲ ਤੋਂ ਅਮਰੀਕਾ ਨੇ ਆਪਣਾ ਸਟੈਂਡ ਰੱਖਿਆ ਲਾਅ ਦੇ ਨਾਲ ਤਾਂ ਕੰਪਰੋਮਾਈਜ਼ ਨਹੀਂ ਕੀਤਾ ਜੀ ਪਰ ਅਲਟੀਮੇਟਲੀ ਡਿਪਲੋਮੇਸੀ ਡਿਪਲੋਮੇਸੀ ਹੁੰਦੀ ਹੈ ਕੋਈ ਨਾ ਕੋਈ ਵਿਚਾਰਲਾ ਰਾਹ ਜਿਹੜਾ ਆ ਉਹ ਉਹਨੂੰ ਦੇ ਦਿੰਦਾ ਹੈ ਵਾਪਸ ਆਣ ਦਾ ਵੀ ਔਰ ਸ਼ਾਇਦ ਇੰਡੀਆ ਚ ਵੀ ਉਹਨੂੰ ਬੜਾ ਸੈਲੀਬ੍ਰੇਟ ਕਰਨ ਉਹਨੂੰ ਬੜਾ ਹੀਰੋ ਬਣਾ ਕੇ ਜੀ ਦੇਖੋ ਅਮਰੀਕਾ ਨਾਲ ਟੱਕਰ ਲਈ ਅਸੀਂ ਔਰ ਉਹਨੂੰ ਅਮਰੀਕਾ ਤੋਂ ਅਸੀਂ ਸੇਫ ਲੈ ਆਏ ਪਰ ਮੈਂ ਸਮਝਦਾ ਇਹ ਵੀ ਇਸ ਸਾਰੇ ਚ ਇੰਡੀਅਨ ਸਿਸਟਮ ਉਹਨਾਂ ਦੇ ਚੋਰ ਡਿਪਲੋਮੈਟ ਔਰ ਲੋਕ ਜਿਹੜੇ ਥੱਲੇ ਕਮੈਂਟ ਕਰਦੇ ਨੇ ਇਦਾਂ ਦੇ ਨਿਊਜ਼ ਸਟੋਰੀ ਦੇ ਇੰਡੀਅਨ ਮੂਲ ਦੇ ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਜਿਵੇਂ ਉਹ ਨਿਰਾਦ ਚੌਧਰੀ ਜਿਹੜੇ ਪ੍ਰਮੁੱਖ ਹਿੰਦੂ ਲਖਾਰੀ ਹੋਏ ਨੇ ਬੰਗਾਲੀ ਮੂਲ ਦੇ ਇੰਗਲੈਂਡ ਦੇ ਵਿੱਚ ਉਹਨਾਂ ਦੀ ਇਹ ਗੱਲ ਜਿਹੜੀ ਹੈ ਇਸ ਵਾਰ ਫੇਰ ਸਾਬਤ ਹੋਈ ਕਿ ਏਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਜੀ ਕਿ ਇਹ ਇਹਨਾਂ ਦੇ ਤੁਖਮ ਦੇ ਵਿੱਚ ਵੜੀ ਹੋਈ ਹੈ ਕ腐ਸ਼ਨ ਨਾ ਇਹਨਾਂ ਦੇ ਇਹਨਾਂ ਦੀ ਲੇਗੇਸੀ ਹੈ ਇਹਨਾਂ ਚ ਪੁਸ਼ਤੈਨੀ ਹੈ ਇਹ ਇਹ ਪ੍ਰਸ਼ਟਾਚਾਰ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਸੋ ਇਸ ਸਾਰੇ ਚੋਂ ਇਹ ਗੱਲ ਸਾਹਮਣੇ ਆਈ ਜੀ ਦੂਸਰੀ ਜਿਹੜੀ ਇਸ ਅਹਿਮियत ਵਾਲੀ ਘਟਨਾ ਚ ਮੈਂ ਬੇਸ਼ੱਕ ਕਿਉਂਕਿ ਅੱਜ ਕਾਫੀ ਈਮੇਲਸ ਔਰ ਮੈਸੇजेस ਵੀ ਇਸ ਹਵਾਲੇ ਦੇ ਨਾਲ ਨੇ ਜੀ ਜੀ ਤੇ ਅੱਜ ਦੀ ਇਸ ਵਿਚਾਰ ਚਰਚਾ ਚ ਅਸੀਂ ਉਹਨਾਂ ਈਮੇਲਸ ਦੇ ਵਿੱਚ ਵੀ ਚਰਚਾ ਕਰਾਂਗੇ ਜੀ ਕਿ ਸਾਡੇ ਵੱਲੋਂ ਜਿਹੜਾ ਪਿਛਲੇ ਦੋ ਦਿਨਾਂ 'ਚ ਆਮ ਆਦਮੀ ਪਾਰਟੀ ਬਾਰੇ ਕਮੈਂਟ ਕੀਤੇ ਗਏ ਆ ਉਸ ਨੂੰ ਸਾਡੇ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਅਸੀਂ ਸੋਚਵਾਨ ਕਹੀਏ ਜਾਂ ਉਹਨਾਂ ਦੇ ਸਾਡੇ ਹਮਦਰਦ ਵੀ ਨੇ ਜੀ ਜੀ ਉਹਨਾਂ ਨੂੰ ਬਹੁਤੇ ਪਸੰਦ ਨਹੀਂ ਆਏ ਔਰ ਮੈਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੈ ਜੀ ਕਿਉਂਕਿ ਅਸੀਂ ਇਸ ਗੱਲ ਬਾਰੇ ਜਾਣੇ ਜਾਂਦੇ ਆ ਕਿ ਅਸੀਂ ਜਦੋਂ ਸਾਰੇ ਜਾਜਾਕਾਰ ਕਰ ਰਹੇ ਹਾਂ ਤੇ ਅਸੀ ਥੂ ਥੂ ਕਰ ਰਹੇ ਹੁੰਦੇ ਨੇ ਤੇ ਫਿਰ ਬਾਅਦ ਦੇ ਵਿੱਚ ਜਿਹੜੇ ਜਾਇਜਾਕਾਰ ਕਰਨ ਵਾਲੇ ਨੇ ਕੋਈ ਸਮੇਂ ਬਾਅਦ ਉਹ ਕਹਿ ਰਹੇ ਹੁੰਦੇ ਜੀ ਤੁਸੀਂ ਉਦੋਂ ਠੀਕ ਹੀ ਥੂ ਥੂ ਕੀਤੀ ਸੀ ਜੀ ਜੀ ਔਰ ਉਹ ਦੋ ਮੁੱਦੇ ਮੈਂ ਦੁਹਰਾਣਾ ਚਾਹਾਂਗਾ ਕਿਉਂਕਿ ਇਸ ਦੀ ਚਰਚਾ ਤਾਂ ਮੈਂ ਈਮੇਲਸ ਨੂੰ ਰਿਸਪੌਂਡ ਕਰਨ ਲੱਗੇ ਹੀ ਕਰਾਂਗਾ ਜੀ ਕਿ ਮਨਮੋਹਨ ਸਿੰਘ 2004 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣੇ ਜੀ ਤੇ ਅਸੀਂ ਆਪਣੀ ਪਹਿਲੀ ਲਖਤ ਦੇ ਵਿੱਚ ਹੀ ਉਦੋਂ ਜੇ ਟੀਵੀ 84 ਤਾਂ ਸ਼ੁਰੂ ਨਹੀਂ ਸੀ ਹੋਇਆ ਵੀਕਲੀ ਕਾਲਮ ਮੇਰੇ ਹੁੰਦੇ ਨੇ ਜੀ ਸੋ ਮੈਂ ਉਸ ਬਾਰੇ ਆਪਣਾ ਜਿਹੜਾ ਮੁਤਾਲਾ ਐਨਾਲਿਸਿਸ ਦਿੱਤਾ ਇਹ ਵੀ ਇਹ ਤਾਂ ਗੁੱਡਾ ਹੈ ਸੋਨੀਆ ਗਾਂਧੀ ਦਾ ਔਰ ਗਟਲੈਸ ਸਪਾਈਨਲੈਸ ਟੂਥਲੈਸ ਬੰਦਾ ਹੈ ਨਾ ਇਹਦੀ ਅੰਤੜੀਆਂ ਨਹੀਂ ਨਾ ਇਹਦੇ ਧੰਦ ਨੇ ਨਾ ਇਹਦੀ ਰੀੜ ਦੀ ਹੱਡੀ ਹੈ ਜੀ ਔਰ ਇਹਨੇ ਪਹਿਲਾਂ ਵੀ 1994 ਚ ਹਿਊਮਨ ਰਾਈਟਸ ਕਮਿਸ਼ਨ ਦੇ ਸਾਹਮਣੇ ਆ ਕੇ ਜਨੀਵਾ ਦੇ ਵਿੱਚ ਸਿੱਖਾਂ ਦਾ ਦੇ ਖਿਲਾਫ ਇਹ ਕਹਿ ਕੇ ਕਿ ਉੱਥੇ ਕੋਈ ਹਿਊਮਨ ਰਾਈਟ ਵਾਇਓਲਟ ਨਹੀਂ ਹੋ ਰਿਹਾ ਜੀ ਉਹਨਾਂ ਦੀ ਹਾਕਮਾਂ ਨੂੰ ਸਰਵ ਕੀਤਾ ਸੀ ਫਿਰ ਮੈਂ ਕਹਾਂ ਇਹ ਹੀ ਬੰਦਾ ਹੈ ਜਿਹੜਾ 1992 ਤੋਂ 1995 ਤੱਕ ਵਿੱਤ ਮੰਤਰੀ ਸੀ ਭਾਰਤ ਦਾ ਨਰਸੀਮਹਾ ਰਾਓ ਦੀ ਕੈਬਨਿਟ ਥੱਲੇ ਉਹ ਨਰਸੀਮਹਾ ਰਾਓ ਜਿਹੜਾ ਨਵੰਬਰ 84 ਦੇ ਵਿੱਚ ਹੋਮ ਮਿਨਿਸਟਰ ਸੀ ਹਿੰਦੁਸਤਾਨ ਜੀ ਔਰ ਇਸ ਪੀਰੀਅਡ ਦੇ ਵਿੱਚ ਹੀ 50 ਹਜ਼ਾਰ ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਮਾਰੇ ਗਏ ਇਹਦੇ ਵਿੱਤ ਮੰਤਰੀ ਹੁੰਦੇ ਸੋ ਮੇਰਾ ਇਹ ਕਹਿਣਾ ਸੀ ਵੀ ਜਿਹੜਾ ਸੋਨੀਆ ਗਾਂਧੀ ਦੇ ਥੱਲੇ ਕੰਮ ਕਰ ਸਕਦੇ ਜਿਹੜੀ ਰਾਜੀਵ ਗਾਂਧੀ ਜਿਨੇ ਆਰਡਰ ਕੀਤੀ ਸਿੱਖ ਨਸਲ ਕੁਸ਼ੀ ਜਿਹੜਾ ਨਰਸਿਮਹਾ Rao ਦਾ ਮੰਤਰੀ ਬਣਨਾ ਕਬੂਲ ਕਰ ਸਕਦਾ ਹੈ ਜਿਹੜਾ ਨਰਸਿਮਹਾ Rao ਹੋਮ ਮੰਤਰੀ ਸੀ ਨਵੰਬਰ 84 ਦੇ ਵਿੱਚ ਔਰ ਜਿਹੜਾ ਜਿਨੀਵਾ ਆ ਕੇ ਉਹ ਹਿੱਸਾ ਬਣ ਸਕਦਾ ਝੂਠ ਦਾ ਔਰ ਜਿਹੜਾ ਵਿੱਤ ਮੰਤਰੀ ਬਣ ਕੇ ਫਿਰ ਪੰਜਾਬ ਦੇ ਵਿੱਚ 50 ਹਜ਼ਾਰ ਨੌਜਵਾਨਾਂ ਦੀਆਂ ਕਿਲਿੰਗਸ ਆਪਣੀਆਂ ਅੱਖਾਂ ਸਾਹਮਣੇ ਦੇਖ ਸਕਦਾ ਜਾਂ ਕਰਵਾ ਸਕਦਾ ਜੀ ਉਹਦੇ ਤੋਂ ਇਹ ਸਿੱਖ ਜਿਹੜੇ ਭੰਗੜੇ ਪਾ ਰਹੇ ਨੇ ਸਿੱਖ ਪ੍ਰਧਾਨ ਮੰਤਰੀ ਬਣ ਗਿਆ ਜੱਜਦਾਰ ਅਕਾਲ ਤਖਤ ਉਸ ਵੇਲੇ ਜੱਜਦਾਰ ਵਿਦਵਾਨਤੀ ਸੀ ਉਹਨਾਂ ਨੇ ਵੀ ਵਿਦਾਈ ਦਿੱਤੀ ਮੈਂ ਹੈਗਾ ਇਹ ਨਾ ਸਾਰਿਆਂ ਦੀਆਂ ਅੱਖਾਂ ਤੇ ਖੋਪੇ ਬੰਨੇ ਹੋਏ ਨੇ ਇਹ ਇਹਨਾਂ ਨੂੰ ਕਿਉਂ ਨਜ਼ਰ ਨਹੀਂ ਆਉਂਦਾ ਜੀ ਔਰ ਉਹੀ ਅੱਜ ਜਦੋਂ ਕਿ ਹੁਣ ਲਗਭਗ 10 ਸਾਲ ਦਾ ਸਮਾਂ ਮਨਮੋਹਨ ਸਿੰਘ ਨੂੰ ਹੋ ਗਿਆ ਪ੍ਰਧਾਨ ਮੰਤਰੀ ਬਣਿਆ ਹੁਣ ਤੁਸੀਂ ਉਹਨਾਂ ਲੋਕਾਂ ਦੀਆਂ ਉਹ ਲੱਭਦਾ ਵੀ ਨਹੀਂ ਗਈ ਤਾਂ ਉਹਨਾਂ ਚੋਂ ਜੀ ਪਰ ਬਹੁਤ ਸਾਰਿਆਂ ਨੂੰ ਜਿਹੜਾ ਉਹ 3-4 ਸਾਲ ਬਾਅਦ ਹੀ ਕਹਿਣ ਲੱਗੇ ਸੀ ਨਕਮੇ ਜੀ ਇਹ ਤਾਂ ਸੋਨਿਆ ਦਾ ਸਿੱਖ ਹੈ ਜੀ ਇਨੇ ਨਵੰਬਰ 84 ਦਾ ਨਹੀਂ ਕੋ ਕੀਤਾ ਜੇ ਫਰਾਣਾ ਨੇ ਕਿਹਾ ਸੀ ਕਿਹਾ ਜੀ ਤੁਹਾਨੂੰ ਹੁਣ ਨਜ਼ਰ ਹੀ ਨਹੀਂ ਆਉਂਦਾ ਹੈ ਤਾਂ ਕੀ ਤੁਹਾਨੂੰ ਕੀ ਦਿਖਾਇਆ ਜਾ ਸਕਦਾ ਜੀ ਔਰ ਇਹੀ ਹਾਲ ਪੰਜਾਬ ਦੇ ਵਿੱਚ ਮਨਪ੍ਰੀਤ ਬਾਦਲ ਦੇ ਵੇਲੇ ਜਦੋਂ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਅਲੱਗ ਬਣਾਈ ਜੀ ਔਰ ਇਸ ਦੇ ਉੱਤੇ ਸਾਡੇ ਬਹੁਤ ਸਾਰੇ ਖਾਸ ਤੌਰ ਤੇ ਪਰਦੇਸੀ ਸਿੱਖ ਬਹੁਤ ਬੁਰੀ ਤਰ੍ਹਾਂ ਹਿੱਲੇ ਜਦੋਂ ਬਾਹਰ ਆਇਆ 10000 ਬੰਦਾ ਜਲਸੇ ਦੇ ਵਿੱਚ ਜਾ ਰਿਹਾ ਔਰ ਬਹੁਤ ਸਾਰੇ ਜਿਹੜੇ ਆਪਣੀ ਵਿਚਾਰਧਾਰਾ ਵਾਲੇ ਵੀ ਸੀ ਉਹਨਾਂ ਨੇ ਵੀ ਕਿਹਾ ਜੀ ਚਲੋ ਪਾਵੇਂ ਖਾਲਸਤਾਨੀ ਤਾਂ ਨਹੀਂ ਹੈ ਪਰ ਇਹ ਠੋਕੜ ਸੁਖਵੀਰ ਬਾਦਲ ਨੂੰ ਠਾਏਗਾ ਕਿਉਂਕਿ ਇਹਦੇ ਕੋਲ ਪੈਸੇ ਵੀ ਨਹੀਂ ਇਹ ਹੁਣ ਅੰਦਰੋਂ ਆਇਆ ਹੈ ਇਹ ਕਰੇਗਾ ਉਹ ਕਰੇਗਾ ਜੀ ਉਹ ਮੈਂ ਕਹਿਆ ਅਮਰਦਸ਼ਾਕੇ ਨੇ ਦਾੜ੍ਹੀ ਬੰਨੀ ਹੈ ਸਿੱਖੀ ਜਿਹਦਾ ਵਿਸ਼ਵਾਸ ਨਹੀਂ ਹੈ ਕਾਮਰੇਡਾਂ ਦੀ ਇਹ ਗੱਲ ਕਰਦੇ ਬਾਦਲ ਦਾ ਇਹ ਸੱਜੀ ਬਾਹ ਸੀ ਜੋ ਕੰਮ ਬਾਦਲ ਟੱਬਰ ਨੇ ਕੀਤੇ ਨੇ ਉਹਦਾ ਇਹ ਹਿੱਸਾ ਸੀ ਜੀ ਸਿੱਖੀ ਦੀ ਗੱਲ ਕਰਦੇ ਆ ਇਹਦੀ ਜਾਨ ਨਿਕਲਦੀ ਹੈ ਹਿਊਮਰਾਈਟਸ ਦੀ ਇਹ ਗੱਲ ਨਹੀਂ ਕਰਦਾ ਇਹ ਇਹਨੇ ਪੰਜਾਬ ਦੇ ਵਿੱਚ ਗੁਰੂਆਂ ਦੇ ਵਿਚਾਰਧਾਰਾ ਨੂੰ ਛੱਡ ਕੇ ਕਿਹੜਾ ਰੈਵੋਲੂਸ਼ਨ ਉੱਥੇ ਕਾਮਯਾਬ ਹੋਏਗਾ ਜਾਂ ਕਿਹੜੀ ਕ੍ਰਾਂਤੀ ਇਹ ਲੈ ਕੇ ਆਏਗੇ ਪਰ ਬਹੁਤਿਆਂ ਨੂੰ ਲੱਗਦਾ ਸੀ ਜੀ ਨਹੀਂ 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 ਮਨਪ੍ਰੀਤ ਬਾਏ ਤੁਸੀਂ ਬਹੁਤ ਜਲਦੀ ਕਨਕਲੂਡ ਕਰ ਲੈਂਦੇ ਹੋ ਜੀ ਤੁਸੀਂ ਇਕਦਮ ਪਿੱਛੇ ਪੈ ਜਾਂਦੇ ਹੋ ਕਿਸੇ ਦੇ ਜੇ ਉਹਨੂੰ ਟਾਈਮ ਤਾਂ ਦਿਓ ਉਹਨੂੰ ਦੇਖ ਤਾਂ ਲਓ ਹੁਣ ਅੱਜ ਮਨਪ੍ਰੀਤ ਬਾਦਲ ਕਿੱਥੇ ਹੈ ਤੇ ਉਹਦੇ ਇਹ ਸਾਰੇ ਕਿੱਥੇ ਨੇ ਜਿਹੜੇ ਐਡਮਾਇਰਰ ਸੀ ਔਰ ਮੈਂ ਇਹੀ ਗੱਲ ਇਸ ਪਲੇਟਫਾਰਮ ਤੋਂ ਫਿਰ ਦੁਹਰਾਣਾ ਚਾਹੁੰਦਾ ਜੀ ਇਹ ਜਿਹੜਾ ਇੱਕ ਰੁਝਾਨ ਆਮ ਆਦਮੀ ਪਾਰਟੀ ਦਾ ਕਿ ਜੀ ਬਹੁਤ ਮਾਨਦਾਰ ਔਰ ਬਹੁਤ ਸਾਫ ਸੁਥਰਾ ਔਰ ਇਹਦੇ ਚੋਂ ਮੇਰਾ ਅੱਜ ਵੀ ਕੋਈ ਸਕਾਲਰ ਨੇ ਚੰਡੀਗੜ੍ਹ ਚ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਜੀ ਉਹ ਕਹਿੰਦੇ ਜੀ ਲੋਕੱਕੇ ਹੋਏ ਸੀ ਇਹ ਲਾਲ ਬੱਤੀ ਕਲਚਰ ਉਹਨੋਂ ਲਾਲ ਬੱਤੀ ਨਹੀਂ ਹੈ ਅੱਗੇ ਪਿੱਛੇ ਗੱਡੀਆਂ ਨਹੀਂ ਹੈ ਦਿੱਲੀ ਚ ਸੌਖਾ ਹੋ ਗਿਆ ਕੰਮ ਜੀ ਜੀ ਇਮਾਨਦਾਰੀ ਨਾਲ ਬਿਜਲੀ ਪਾਣੀ ਹੋ ਗਿਆ ਮੈਂ ਸੁਣਦਾ ਰਿਹਾ ਮੈਂ ਉਹਨਾਂ ਨੂੰ ਕਿਹਾ ਜੀ ਸਿੱਖ ਨੁਕਤੇ ਨਿਗਾਤ ਉਹ ਦੱਸੋ ਕਿ ਇਹ ਆਮ ਆਦਮੀ ਪਾਰਟੀ ਨਾਲ ਸਿੱਖਾਂ ਨੂੰ ਕੀ ਫਾਇਦਾ ਹੋਏਗਾ ਜੀ ਜੀ ਉਹ ਕਹਿੰਦੇ ਸਿੱਖ ਨੁਕਤਾ ਰੰਗਾ ਤੋਂ ਕੁਝ ਨਹੀਂ ਨਿਕਲਣਾ ਮੈਂ ਕਿਹਾ ਜੀ ਫਿਰ ਬਾਕੀਆਂ ਨਾਲ ਸਾਡਾ ਕੀ ਕਨਸਰਨ ਹੈ ਜੀ ਜੀ ਬਿਲਕੁਲ ਮੈਂ ਕਿਹਾ ਵੀ ਮੈਂ ਤਾਂ ਇਜ਼ਰਾਈਲ ਦੇ ਉਸ ਮੋਟੋ 'ਚ ਯਕੀਨ ਰੱਖਦਾ ਹਾਂ ਕਿ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਦੋ ਬੰਦੇ ਮਿਲਦੇ ਨੇ ਆਪਸ 'ਚ ਦੋ ਦੇਸ਼ ਕੋਈ ਸਾਈਨ ਕਰਦੇ ਨੇ ਚੀਜ਼ ਕੋਈ ਦੋ ਜਿਹੜੇ ਨੇ ਵਿਚਾਰਕ ਆਪਸ ਦੇ ਵਿੱਚ ਕੋਈ ਗੱਲ ਕਰਦੇ ਨੇ ਉਹ ਯਹੂਦੀਆਂ ਨੂੰ ਤੇ ਇਜ਼ਰਾਈਲ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਮੈਂ ਕਿਹਾ ਵੀ ਇਹੀ ਮੇਰਾ ਮੋਟੋ ਹੈ ਕਿ ਜਦੋਂ ਵੀ ਕੋਈ ਤਬਦੀਲੀ ਹੁੰਦੀ ਹੈ ਦੁਨੀਆ 'ਚ ਕਿਤੇ ਕੋਈ ਖਬਰ ਆਪਰਦੀ ਹੈ ਕੋਈ ਘਟਨਾ ਹੁੰਦੀ ਹੈ ਦਿੱਲੀ ਦੇ ਵਿੱਚ ਕੋਈ ਤਬਦੀਲੀ ਹੁੰਦੀ ਹੈ ਪੰਜਾਬ ਦੇ ਨਕਸ਼ੇ 'ਚ ਕੋਈ ਚੀਜ਼ ਹੁੰਦੀ ਹੈ ਮੈਂ ਕਹਾ ਮੇਰਾ ਕ੍ਰਾਈਟੇਰੀਆ ਇਹ ਹੈ ਵੀ ਸਿੱਖ ਨੁਕਤਾ ਨਿਗਾਹ ਤੋਂ ਜੀ ਸਿੱਖ ਮੰਗ ਤੋਂ ਸਿੱਖ ਆਜ਼ਾਦੀ ਦੀ ਗੱਲ ਨੂੰ ਕਿਵੇਂ ਨੇੜੇ ਲਿਆਉਂਦੀ ਹੈ ਤੇ ਜੇ ਸਿੱਖੀ ਦੇ ਨੁਕਤੇ ਨਿਗਾਹ ਤੋਂ ਕੋਈ ਮਫਾਦ ਨਹੀਂ ਹੈ ਟੋਪੀ ਵੀ ਉਹ ਗਾਂਧੀ ਹੈ ਭਾਰਤ ਮਾਤਾ ਦੀ ਜੈ ਔਰ ਸਲੋਗਨ ਵੀ ਵੰਦੇ ਮਾਤਰਮ ਹੈ ਤਾਂ ਫਿਰ ਤਾਂ ਮੈਂ ਪੁੱਛਿਆ ਸੀ ਪਿਛਲੇ ਕਿ ਇੰਨੀਆਂ 6 6 7 7 ਮੀਟਰ ਦੀਆਂ ਪੱਗਾਂ ਇਹ ਉਹਦੀ ਕੇਜਰੀਵਾਲ ਦੀ ਟੋਪੀ ਥੱਲੇ ਕਿਵੇਂ ਲੁਕਾਉਣਗੇ ਜੀ ਔਰ ਇਹ ਸਾਰਾ ਜਿਹੜਾ ਇੱਕ ਵਾਅ ਬਰੋਲਾ ਹੈਗਾ ਆਇਆ ਤੇ ਨਿਕਲ ਜਾਏਗਾ ਜੀ ਪਰ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਲਿਖਿਆ ਜਿਸ ਅਸੀਂ ਉਹਨਾਂ ਦੀ ਚਰਚਾ ਵੀ ਕਰਾਂਗੇ ਜੀ ਜੀ ਸੋ ਮੈਂ ਸਮਝਦਾ ਹਾਂ ਵੀ ਇਸ ਮੁੱਦੇ ਤੇ ਆਈ ਹੋਪ ਆਈ ਐਮ ਪ੍ਰੂਵਨ ਰੋਂਗ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਮੈਂ ਗਲਤ ਸਾਬਤ ਹੋਵਾਂ ਅਰਵਿੰਦ ਕੇਜਰੀਵਾਲ ਬਹੁਤ ਵੱਡਾ ਸਿੱਖਾਂ ਦਾ ਦੋਸਤ ਬਣ ਕੇ ਉਭਰੇ ਉਹ ਪੰਜਾਬ ਨੂੰ ਆਜ਼ਾਦ ਕਰਦੇ ਪੰਜਾਬ ਦੇ ਵਿੱਚ ਜਿਹੜਾ ਉਹ ਨਸ਼ਿਆਂ ਨੂੰ ਰੋਕ ਦੇ ਚਾਰੇ ਪਾਸੇ ਦੁੱਧ ਦੇਈਆਂ ਨਹਿਰਾਂ ਵਗਣ ਇਮਾਨਦਾਰੀ ਆ ਜਾਏ ਸਭ ਚੋਰੀ ਚੁਕਾਰੀ ਛੱਡ ਦੇਣ ਹਿੰਦੁਸਤਾਨ ਜਿਹੜਾ ਦੇਵਤਿਆਂ ਦਾ ਦੇਸ਼ ਬਣ ਜਾਏ ਆਈ ਵਿਸ਼ ਜੀ ਜੀ ਕਿ ਮੈਨੂੰ ਗਲਤ ਸਾਬਤ ਹੋ ਕੇ ਬੜੀ ਖੁਸ਼ੀ ਹੋਏਗੀ ਪਰ ਅੱਜ ਦੀ ਡੇਟ 'ਚ ਮੈਂ ਦੁਹਰਾਣਾ ਚਾਹੁੰਦਾ ਕਿ ਇਹ ਸਿੱਖਾਂ ਦੇ ਲਈ ਹਮੇਸ਼ਾ ਖੜਪੇ ਸੱਪ ਨਾਲੋਂ ਘਾ ਦੇ ਸੱਪ ਜਿਹੜੇ ਨੇ ਇਹ ਜ਼ਿਆਦਾ ਖਤਰਨਾਕ ਰਹੇ ਨੇ ਜੀ ਪਹਿਲਾਂ ਵੀ ਸਿੱਖਾਂ ਨੇ ਕਦੇ ਜੇਠ ਮਲਾਨੀ ਆ ਗਿਆ ਕਦੇ ਆਈਕੇ ਗੁਜਰਾਲ ਆ ਗਿਆ ਕਦੇ ਕੁਲਦੀਪ ਨਈਅਰ ਆ ਗਿਆ ਦੋ ਚਾਰ ਪੋਲੀਆਂ ਜੀਆਂ ਗੱਲਾਂ ਕਰਦੇ ਨੇ ਜਕਾਰੇ ਛੱਡਦੇ ਉਹਨਾਂ ਦੇ ਪਿੱਛੇ ਤੁਰ ਪੈਂਦੇ ਨੇ ਫਿਰ ਬਾਅਦ ਚ ਕਹਿਣਗੇ ਜੀ ਇਹ ਤਾਂ ਬਹੁਤ ਖਤਰਨਾਕ ਹੈ ਜੀ ਸੋ ਅਸੀਂ ਸਮਝਦੇ ਹਾਂ ਵੀ ਸਾਡਾ ਇਹੀ ਸਟੈਂਡ ਹੈ ਜੋ ਅਸੀਂ ਲਿਆ ਹੈ ਜੀ ਬਾਕੀ ਜੋ ਜੋ ਨੁਕਤੇ ਆਣਗੇ ਅਸੀਂ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਜੀ ਡਾਕਟਰ ਸਰ ਬਹੁਤ ਬਹੁਤ ਸ਼ੁਕਰੀਆ ਅਨੰਦਿਆ ਬ੍ਰੇਕ ਈਅਰਸ ਵਿਚਾਰਾਂ ਦਾ ਸਿਲਸਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ